ਰਹਿਣ ਦਾ ਯਾਰ ਇੱਕ ਛੋਟ ਭਰਾ ਲੈ ਲਓ ਵਿੱਚ ਬਸ ਲਿਆਓ ਤੁਰਾ ਲਿਓ 2 ਮਿੰਟ ਰੁਕੋ ਜੀ ਯਾਰ 2 ਮਿੰਟ ਯਾਰ ਤੁਹਾਡੀ ਫੋਟੋ ਛੋਟੀ ਕਰ ਲੈਣਾ ਕਰੋ ਬਸ ਪਾਣੀ ਇਧਰ ਮਾਲ ਲਗਾ ਸਾ ਇਧਰ ਭਾਈ ਖੜ ਭਾਈ ਇਧਰ ਪਹਿਲੇ ਸਰ ਕਰਦਾ ਪਿਆ ਸੀਗਾ ਤੂੰ ਗਿਆ ਯਾਰ ਬਾਪ ਵਾਲਾ ਜਿਹੜਾ ਮਾਰ ਬਾਅਦ ਕਰਾਂਗੇ ਦੂਜਾ ਪਿੱਛੇ ਕਰਾਂਗੇ ਕੋਈ ਅੜਗਾ ਉੱਪਰਾ ਵਾਜਾ ਮਰੀ ਜਾਂਦਾ ਵਾ ਇੱਕ ਲੈ ਇਧਰ ਆ ਜਾ ਫੋਟੋ ਭੇਜੀ ਭਾਈ ਇਧਰ ਲੱਗੇਗਾ ਯਾਰ ਕਿੱਧਰ ਲੋ ਭਾਜੀ ਨਾਲ ਸਮਾਨ ਤੇ ਦਿਖਦਾ ਨਹੀਂ ਪਿਆ ਕੀ ਕਰੇਗਾ ਇਹੋ ਜੀ ਫੋਟੋ ਤੋਂ ਮੈਂ ਫੋਟੋ ਖਿੱਚ ਓ ਯਾਰ ਹੱਥ ਵਿੱਚ ਕਰੇ ਭਾਜੀ ਇਹੀ ਤਾਂ ਗੱਲ ਕਰਦਾ ਪਿਆ ਸੀ ਮੈਂ ਪਹਿਲੇ ਹੀ ਇਹੀ ਕਰ ਲਗਾ ਸਾਰੇ ਨੂੰ ਹੁਣ ਕਰਨਾ ਕੀ ਹੋ ਗਿਆ ਚਲੇ ਗਏ ਜਦੋਂ ਰਣਜੀਤ ਐਵਨਿਊ ਤੋਂ ਕਾਬੂ ਕੀਤੀ ਉੱਥੇ ਅਸੀਂ ਜਿਹੜੇ ਤਿੰਨ ਵਿਅਕਤੀ ਜਿਹੜੇ ਕਾਬੂ ਕੀਤੇ ਬਲਜੀਤ ਸਿੰਘ ਸੁਖਜਿੰਦਰ ਸਿੰਘ ਤੇ ਜੈਮਲ ਸਿੰਘ ਇਹਨਾਂ ਤੋਂ ਜਦੋਂ ਬਰੀਕੀ ਨਾਲ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਕੋਲੋਂ ਜਿਹੜੇ 9 ਟੂ ਵੀਲਰ ਜਿਹੜੇ 12 ਟੂ ਵੀਲਰ ਜਿਹੜੇ ਹੋਰ ਬਰਾਮਦ ਕੀਤੇ ਜਿਨ੍ਹਾਂ ਵਿੱਚੋਂ 9 ਐਕਟਿਵਾ ਅਤੇ 4 ਮੋਟਰਸਾਈਕਲ ਬਰਾਮਦ ਕੀਤੇ ਫਿਰ ਹੋਰ ਫਰਦਰ ਕੋਸ਼ਿਸ਼ ਅਤੇ 4 ਮੋਬਾਈਲ ਇਹਨਾਂ ਤੋਂ ਜਿਹੜੇ ਇਹਨਾਂ ਨੇ ਸਨੈਚ ਕੀਤੇ ਸੀਗੇ ਉਹ ਇਹਨਾਂ ਤੋਂ ਬਰਾਮਦ ਕੀਤੇ ਆ ਅਸੀਂ ਇਹਨਾਂ ਦੀ ਹੁਣ ਤੱਕ ਕੋਸ਼ਿਸ਼ ਤੋਂ ਜਿਹੜੇ ਹੈਗੇ 13 ਵਹੀਕਲਸ ਇਹਨਾਂ ਤੋਂ ਬਰਾਮਦ ਕਰ ਚੁੱਕੇ ਹਾਂ ਅਤੇ 4 ਜਿਹੜੇ ਮੋਬਾਈਲ ਆ ਉਹ ਰਿਕਵਰ ਕਰ ਲਏ ਆ ਇੱਕ ਸਾਥੀ ਅਜੇ ਜਿਹੜਾ ਇਹਨਾਂ ਦਾ ਗ੍ਰਿਫਤਾਰ ਕਰਨਾ ਬਾਕੀ ਆ ਇਹਨਾਂ ਦਾ ਜਿਹੜਾ ਪਿਛੋਕੜ ਆ ਉਹ ਵੀ ਕ੍ਰਿਮੀਨਲ ਹੈ ਪਹਿਲਾਂ ਵੀ ਇਹਨਾਂ 'ਤੇ ਆਲਰੇਡੀ ਪਰਚੇ ਜਿਹੜੇ ਸੁਖਰਾਜ ਸਿੰਘ ਹੈਗਾ ਇੱਥੇ ਆਲਰੇਡੀ ਪਰਚੇ ਦਰਜ ਠੀਕ ਹੈ ਕਿੰਨੇ ਮੋਟਰਸਾਈਕਲ ਬਰਾਮਦ ਹੋਏ ਤੇ ਕਿੰਨੀ ਐਕਟਿਵਾ ਬਰਾਮਦ ਹੋਈ 4 ਮੋਟਰਸਾਈਕਲ ਬਰਾਮਦ ਹੋਏ ਆ ਅਤੇ 9 ਜਿਹੜੀਆਂ ਐਕਟਿਵਾ ਬਰਾਮਦ ਕਿੱਥੋਂ ਦੇ ਰਹਿਣ ਵਾਲੇ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਸਾਰੇ ਇਹ ਇੱਕ ਫਿਰੋਜ਼ਪੁਰ ਦਾ ਰਹਿਣ ਵਾਲਾ ਦੋ ਜਿਹੜੇ ਹੈਗੇ ਅੰਮ੍ਰਿਤਸਰ ਸਰ ਫਰਦਰ ਇਨਵੈਸਟੀਗੇਸ਼ਨ ਬਾਅਦ ਹੋਰ ਕੋਈ ਵਹੀਕਲਸ ਨਹੀਂ ਫਰਦਰ ਅਸੀਂ ਇਹਨਾਂ ਦਾ ਹਜੇ ਅੱਜ ਪੇਸ਼ ਕਰਕੇ ਰਿਮਾਂਡ ਲੈਣਾ ਸਾਨੂੰ ਹੋਰ ਵੀ ਜਿਹੜੀਆਂ ਚੋਰੀ ਦੀਆਂ ਜਾਂ ਜਿਹੜੀਆਂ ਖੋਹ ਦੀਆਂ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ ਕਾਗਜ਼ ਤਿਆਰ ਕਰਕੇ ਵੀ ਜਿਹੜੇ ਅੱਗੇ ਵੇਚ ਦਿੰਦੇ ਸੀ ਪਰ ਇਹਨਾਂ ਦਾ ਹਜੇ ਪੁਲਿਸ ਰਿਮਾਂਡ ਲੈਣਾ ਫਰਦਰ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਨੀ